ਪੰਜਾਬ ਦਾ ਕਿਸਾਨ ਜਿੱਥੇ ਇੱਕ ਪਾਸੇ ਸਰਕਾਰਾਂ ਤੋਂ ਦੁਖੀ ਨਜ਼ਰ ਆ ਰਿਹਾ, ਉੱਥੇ ਹੁਣ ਇਸ ਕਿਸਾਨ ਨੂੰ ਕੁਦਰਤੀ ਮਾਰ ਵੀ ਪਈ ਹੈ। ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਕਿਸਾਨ ਭਰਾਵਾਂ 'ਤੇ ਵੱਡੀ ਆਫ਼ਤ ਬਣ ਕੇ ਆਇਆ ਇਹ ਮੀਂਹ, ਜਿਸ ਨੇ ਕਿਸਾਨਾਂ ਦੇ ਪੁੱਤਾਂ ਵਾਂਗੂ ਪਾਲੀ ਕਣਕ ਨੂੰ ਵਾਢੀ ਦੇ ਸਮੇਂ ਤਹਿਸ ਨਹਿਸ ਕਰ ਦਿੱਤਾ। ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇੱਕ ਪਾਸੇ ਤਾਂ ਕਿਸਾਨ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਕਰਜ਼ੇ ਦੇ ਭਾਰ ਹੇਠ ਦਬਿਆ ਹੋਇਆ ਹੈ, ਅਤੇ ਦੂਜੇ ਪਾਸੇ ਕੁਦਰਤ ਵੀ ਇਹਨਾਂ ਕਿਸਾਨਾਂ 'ਤੇ ਮਿਹਰਬਾਨ ਨਹੀਂ ਜਾ ਪਈ। ਕਿਸਾਨਾਂ ਦੇ ਕਣਕ ਦੇ ਹੋਏ ਇਸ ਨੁਕਸਾਨ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਆਪਣੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਤਸਵੀਰਾਂ ਫਾਜ਼ਿਲਕਾ ਦੇ ਪਿੰਡ ਰੂਪਨਗਰ ਦੀਆਂ ਨੇ, ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਇਸ ਫਸਲ ਦਾ ਹਾਲ ਕੀ ਹੋਇਆ ਹੈ। ਕਿਸਾਨਾਂ ਦੇ ਮੁਤਾਬਿਕ 50 ਤੋਂ ਲੈ ਕੇ 80% ਤੱਕ ਝਾੜ ਡਿੱਗ ਜਾਵੇਗਾ। ਉਹਨਾਂ ਨੇ ਮੰਗ ਕੀਤੀ ਹੈ ਕਿ ਫਸਲਾਂ ਦੇ ਹੋਏ ਨੁਕਸਾਨ ਦੀ ਗਰਦੌਰੀ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਨੁਕਸਾਨ ਵੀ ਬਹੁਤ ਹੋਇਆ, ਇਹ ਜਿਹੜੀ ਜਮ੍ਹਾਂ ਡਿੱਗੀ ਹੋਈ ਹਰੀ ਕਣਕ ਹੈ ਤਾਂ ਖਤਮ ਹੀ ਹੋ ਗਈ ਜੀ, ਦਾਣੇ ਖਰਾਬ ਹੋ ਗਏ। ਜਿਹੜੀ ਸੁੱਕੀ ਜਮ੍ਹਾਂ ਕਣਕ ਵੱਢਣ ਵਾਲੀ ਸੀ 1-2 ਦਿਨਾਂ 'ਚ, ਉਹਦਾ ਵੀ ਦਾਣੇ ਦੂਣੇ ਚੜ ਗਏ, ਨੁਕਸਾਨ ਬਹੁਤ ਜ਼ਿਆਦਾ ਹੈ। ਪਿੰਡ 'ਚ ਕਿੰਨੇ ਕੁ ਏਕੜ ਜਿਹੜੀ ਫਸਲ ਖਰਾਬ ਹੋਏਗੀ ਤੁਹਾਡੇ ਪਿੰਡ 'ਚ? ਏਕੜ ਦਾ ਤਾਂ ਨਹੀਂ ਪਤਾ, ਫਸਲਾਂ ਲਗਭਗ ਸਾਰੀਆਂ ਖਰਾਬ ਹੋ ਗਈਆਂ। ਕੀ ਮੰਗ ਕਰਦੇ ਹੋ? ਮੰਗ ਤਾਂ ਕੋਈ ਸਰਕਾਰ ਜੇ ਕੁਛ ਦੇਣਾ ਚਾਹੇ ਤਾਂ ਇਹ ਮੁਆਵਜ਼ਾ ਮੁਆਵਜ਼ਾ ਕੋਈ ਪਟਵਾਰੀ ਪਟੂਰੀ ਜੇ ਤੁਸੀਂ ਚੈੱਕ ਕਰਕੇ ਦੇਖੇ ਤਾਂ ਹਾਲਾਤ ਤਾਂ ਖਰਾਬ ਹੈ ਜੀ। ਪਹਿਲਾਂ ਵਾਲੇ ਕਰਜ਼ੇ ਵੀ ਮਾਫ਼ ਕਰਨ ਦਾ ਸਰਕਾਰ ਕਹਿੰਦੀ ਸੀ, ਉਹਨਾਂ 'ਚੋਂ ਵੀ ਕੁਛ ਨਹੀਂ ਕੀਤਾ, ਅਤੇ ਅੱਗੋਂ ਉੱਤੋਂ ਇਹ ਰੱਬ ਨੇ ਹੋਰ ਖਰਾਬ ਕਰਤਾ, ਉਹਦਾ ਵੀ ਕੁਛ ਕੋਈ ਹੋਵੇਗਾ ਤਾਂ ਅੱਗੇ ਦੀ ਪਤਾ ਲੱਗੇਗਾ ਕੀ ਹੋਵੇਗਾ। ਪਹਿਲਾਂ ਤਾਂ ਤੁਸੀਂ ਕੁਛ ਦੇਖਿਆ ਜੀ, ਤੁਹਾਨੂੰ ਦਿਖਾਈ ਹੈ, ਇਹਦੇ 'ਚ ਤਾਂ ਬਿਲਕੁਲ ਖਤਮ ਹੀ ਹੈ, ਥੱਲੇ ਹੀ ਲੱਗੀ ਕਣਕ। ਜਿਹੜੀ ਫਸਲਾਂ ਖੜੀਆਂ ਹੈ, ਰੁਕ ਰੁਕ ਕੇ ਬਰਸਾਤ ਹੋ ਰਹੀ ਹੈ, ਝੱਖੜ ਨਾਲ ਹਨੇਰੀ ਆਈ, ਹਨੇਰੀ ਕਾਰਨ ਫਸਲਾਂ ਦੇ ਜਿਹੜੀ ਫਸਲ ਤਿਆਰ ਸੀ ਉਹ ਆਪਸ 'ਚ ਨਾਲ ਪਿੜ ਪਿੜ ਕੇ ਉਹਨਾਂ ਦੇ ਦਾਣੇ ਕਿਰ ਗਏ। ਹੁਣ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ, ਜ਼ਮੀਨ 'ਚ ਜ਼ਿਆਦਾ ਨਮੀ ਕਾਰਨ ਆਉਣ ਕਾਰਨ ਅਤੇ ਆਹ ਫਸਲ ਬਰਸਾਤ ਹੋ ਰਹੀ ਹੈ, ਚੱਕੜ ਚੁੱਕੜ ਹੋਰ ਆ ਗਿਆ ਤਾਂ ਮੂਧੀ ਵੀ ਪੈ ਜੂ, ਬਿਲਕੁਲ ਕੰਮ ਹੀ ਨਹੀਂ ਰਹਿਣਾ ਜਿਹੜੀ ਫਸਲ ਤਿਆਰ ਹੈ। ਕਿੰਨਾ ਕੁ ਨੁਕਸਾਨ? ਨੁਕਸਾਨ ਬਾਕੀ ਤਾਂ ਤੁਸੀਂ ਦੇਖਿਆ ਹੀ ਹੈ, ਇਹਦੇ 'ਚ ਤਾਂ ਇੱਧਰ 80% ਨੁਕਸਾਨ ਹੈ, ਇੱਧਰ 50% ਜਿਹੜੀ ਫਸਲਾਂ ਸੀ ਉਹਨਾਂ 'ਚ ਨੁਕਸਾਨ ਹੈ। ਫਾਜ਼ਿਲਕਾ ਵਾਂਗ ਹਾਲ ਤਰਨ ਤਾਰਨ ਦੇ ਕਿਸਾਨਾਂ ਦਾ ਵੀ ਕੁਝ ਅਜਿਹਾ ਹੀ ਹੈ, ਜਿਹੜੇ ਆਪਣੇ ਲਈ ਹੁਣ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਇਹਦੇ ਕਰਕੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ, ਜੋ ਵੀ ਸਰਕਾਰ ਨੂੰ ਚਾਹੀਦਾ ਉਹਦੇ ਜ਼ਿਮੀਦਾਰ ਬਾਰੇ ਸੋਚੂਗੀ ਤਾਂ ਜ਼ਿਮੀਦਾਰ ਸਰਕਾਰ ਬਾਰੇ ਸੋਚੂਗਾ, ਪਰ ਇਹ ਬਹੁਤ ਮੰਦਾ ਵਾਲਾ ਜੀ। ਆ ਵੇਖ ਲਓ ਭਾਵੇਂ ਕਣਕ ਕਿੱਦਾਂ ਡਿੱਗੀ ਪਈ ਆ, ਸਾਨੂੰ ਘੱਟੋ ਘੱਟ ਵੀ ਤਾਂ ਕਿੱਲੇ ਦਾ 20,000 ਰੁਪਇਆ ਮਿਲਣਾ ਚਾਹੀਦਾ। ਕਿਸਾਨਾਂ ਦੇ ਪੱਲੇ ਤਾਂ ਅੱਗੇ ਹੀ ਕੁਝ ਨਹੀਂ ਹੈਗਾ, ਅਤੇ ਆ ਉੱਤੋਂ ਰਹਿੰਦੀ ਖੁੰਦੀ ਫੇਰ ਕਰੋਪੀ ਰੱਬ ਦੀ ਹੋ ਗਈ ਆ, ਅਤੇ ਕਿਸਾਨ ਦੱਸੋ ਕੀ ਕਰੇ, ਸਰਕਾਰ ਕੋਈ ਕੁਝ ਦਿੰਦੀ ਨਹੀਂ ਆ, ਕਿ ਕਿਸਾਨਾਂ ਬਾਰੇ ਬੁੱਕਾ ਨਹੀਂ ਸੋਚਣ ਡਈ, ਅਤੇ ਜ਼ਿਮੀਦਾਰ ਖੁਦਕੁਸ਼ੀ ਨਾ ਕਰੂਗਾ ਤਾਂ ਕੀ ਕਰੂਗਾ। ਇੱਥੇ ਤੁਸੀਂ ਆਪ ਸਾਹਮਣੇ ਦੇਖ ਸਕਦੇ ਜੋ ਵੀ ਕਣਕਾਂ ਦਾ ਕੀ ਹਾਲ ਆ। ਅਤੇ ਜੇਕਰ ਗੱਲ ਕਰੀਏ ਜ਼ਿਲ੍ਹਾ ਰੂਪਨਗਰ ਦੀ, ਤਾਂ ਰੂਪਨਗਰ ਦੇ ਕਿਸਾਨ ਵੀ ਕੁਦਰਤ ਦੇ ਇਸ ਕਹਿਰ ਤੋਂ ਦੁਖੀ ਨਜ਼ਰ ਆ ਰਹੇ ਨੇ। ਇੱਥੇ ਵੀ ਕਿਸਾਨਾਂ ਨਾਲ ਮਾੜਾ ਹੀ ਹੋਇਆ ਹੈ, ਮੀਂਹ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ। ਮੀਂਹ ਪੈ ਰਿਹਾ ਹੋਗਾ, ਦੇਖ ਰਹੇ ਉੱਪਰ ਨੂੰ, ਚਲੋ ਹਟੂਗੀ ਹਟੂਗੀ, ਪਰ ਇਹ ਵਰਖਾ ਹਟਣੀ ਦੀ ਇਹ ਲੱਗਦਾ ਵੀ ਮਤਲਬ ਨੁਕਸਾਨ ਹੀ ਨੁਕਸਾਨ ਆਏਗਾ। ਦਾਣੇ ਕਾਲੇ ਹੋ ਜਾਣੇ, ਜੋ ਖੇਤਾਂ 'ਚ ਕਣਕ ਡਿੱਗੇ ਵੀ ਹੈ ਉਹ ਵੀ ਪਾਣੀ 'ਚ ਖਰਾਬ ਹੋਈ ਨਹੀਂ ਸਾਰੀ ਹੈ। ਕਿਆ ਮੰਗ ਕਰਦੇ ਸਰਕਾਰ? ਅਸੀਂ ਮੰਗ ਕੇ ਕਰਦੇ ਹਾਂ ਵੀ ਜੋ ਵੀ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਨਹੀਂ ਹੁਣ ਬਾਰਿਸ਼ ਲੱਗ ਰਹੀ, ਬਾਰਿਸ਼ ਦੇਖ ਰਹੇ ਵੀ ਕਦ ਹਟ ਰਹੀ ਹੈ, ਵੀ ਜੇ ਹੋ ਜਾਵੇ ਮਾੜਾ ਮੋਟਾ ਹੋ ਸਕਦਾ, ਨਹੀਂ ਤਾਂ ਨੁਕਸਾਨ ਤਾਂ ਹੈ ਹੀ ਹੈ ਨਾ, ਜ਼ਿਆਦਾ ਨੁਕਸਾਨ ਹੈ, ਥੋੜ੍ਹਾ ਨੁਕਸਾਨ ਹੋਵੇਗਾ। ਵੇਖਣਾ ਹੋਵੇਗਾ ਕਿ ਇਹਨਾਂ ਕਿਸਾਨਾਂ ਦੀ ਬਾਂਹ ਕਦੋਂ ਤੱਕ ਫੜੀ ਜਾਂਦੀ ਹੈ।
ਜਾਂ ਫਿਰ ਇਹਨਾਂ ਕਿਸਾਨਾਂ ਨੂੰ ਇਸ ਵਾਰ ਇਸ ਤਰ੍ਹਾਂ ਹੀ ਲੜਕੇ ਜੇਰੀ ਰੱਖਣੇ ਪੈਣਗੇ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ, ਤਰਨ ਤਾਰਨ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਅਤੇ ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।